ਦੀ ਮਾਰ ਦੇ ਪ੍ਰਬੰਧ ਕਰਨ ਲਈ ਰੋਕਣ ਲਈ ਮੈਂ ਸਮਝਦਾ ਸਿੱਧੀ ਲਾਪਰਵਾਹੀ ਕਤਾਹੀ ਜਿਹੜੀ ਹੈ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਸੀ ਕਿਉਂਕਿ ਹੁਣ ਤੱਕ ਤਾਂ ਤਬਾਹ ਹੋ ਗਿਆ ਲੋਕਾਂ ਦਾ ਸਬਾਨ ਖਰਾਬ ਹੋ ਗਿਆ ਫਸਲਾਂ ਤਬਾਹ ਹੋ ਗਈਆਂ ਘਰ ਟਹਿ ਗਏ ਪਸ਼ੂ ਮਰ ਗਏ ਤਿੰਨ ਚਾਰ ਦਿਨਾਂ ਤੋਂ ਹਾਹਾਕਾਰ ਮਚੀ ਹੋਈ ਆ ਪਟਿਆਲਾ ਸੰਗਰੂਰ ਬਠਿੰਡਾ ਮੋਹਾਲੀ ਇਸ ਏਰੀਏ ਦੇ ਵਿੱਚ ਪਰ ਅਨੰਦਪੁਰ ਸਾਹਿਬ ਤੱਕ ਨਵੇਂ ਸ਼ਹਿਰ ਤੱਕ ਤੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਜਾਗ ਖੁੱਲੀ ਆ ਇਹ ਹੀ ਲਾਪਰਵਾਹੀ ਦੀ ਨਿਸ਼ਾਨੀ ਆ ਇਹ ਆਪਣੀ ਜ਼ਿੰਮੇਵਾਰੀ ਦੀ ਕੋਈ ਅਹਿਸਾਸ ਹੀ ਹੈ ਨਹੀਂ ਮੁੱਖ ਮੰਤਰੀ ਸਾਹਿਬ ਮੈਂ ਸਮਝਦਾ ਬਿਲਕੁਲ ਜਿਵੇਂ ਨਾ ਰੋਮ ਸੜ ਰਿਹਾ ਨੀਰੋ ਬੰਸਰੀ ਵਜਾ ਰਿਹਾ ਉਹ ਕਹਾਵਤ ਅੱਜ ਪੰਜਾਬ ਦੇ ਵੀ ਸੱਚੀ ਹੋ ਰਹੀ ਆ ਤੇ ਤਿੰਨ ਦਿਨਾਂ ਬਾਅਦ ਜਾਗ ਖੁੱਲੀ ਆ ਜਦੋਂ ਕਿ ਬੱਚਾ-ਬੱਚਾ ਘਰ ਲਾ ਰਿਹਾ ਸੀ ਤੇ ਮੀਡੀਏ ਦੇ ਵਿੱਚ ਪ੍ਰੈਸ ਦੇ ਵਿੱਚ ਸਾਰੀਆਂ ਖ਼ਬਰਾਂ ਆ ਰਹੀਆਂ ਸੀ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਹਦਾਇਤਾਂ ਕਰਨੀਆਂ ਹੀ ਉਹਨਾਂ ਦੀ ਲਾਪਰਵਾਹੀ ਦੀ ਸਿੱਧੀ ਨਿਸ਼ਾਨੀ ਆ। ਵੈਸੇ ਵੀ ਡਰੇਨ ਵਿਭਾਗ ਵੱਲੋਂ ਨਾ ਤਾਂ ਕੋਈ ਡਰੇਨ ਦੀ ਸਫਾਈ ਕੀਤੀ ਗਈ, ਨਾ ਜਿਹੜੇ ਪਾਣੀ ਦੇ ਨਿਕਾਸ ਦੇ ਪ੍ਰਬੰਧ ਹੋਣੇ ਚਾਹੀਦੇ ਸੀ ਨਾ ਉਹ ਕੀਤੇ ਗਏ। ਨਾ ਕਿਸੇ ਜ਼ਿੰਮੇਵਾਰ ਅਧਿਕਾਰੀ ਤੇ ਅਜੇ ਤੱਕ ਕੋਈ ਐਕਸ਼ਨ ਲਿਆ ਗਿਆ। ਵੇ ਕਿਉਂ ਇਹ ਪਾਣੀ ਦਾ ਨਿਕਾਸ ਸਹੀ ਤਰੀਕੇ ਨਾਲ ਨਹੀਂ ਹੋਇਆ ਕਿਉਂ ਸਮੇਂ ਸਿਰ ਡਰੇਨੇਜ ਦੀ ਸਫਾਈ ਨਹੀਂ ਹੋ ਸਕੀ ਇਸੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਆ ਚਲੋ ਕੁੱਲ ਮਿਲਾ ਕੇ ਹੁਣ ਅਸੀਂ ਤਾਂ ਸ਼ਰਮਣੀ ਕਾਲੇਦਾਰ ਨੂੰ ਇਹੀ ਕਹਿੰਦੇ ਆ ਕਿ ਜ਼ਿੰਮੇਵਾਰ ਕਤਾਹੀ ਕਰਨ ਵਾਲੇ ਅਧਿਕਾਰੀਆਂ ਤੇ ਐਕਸ਼ਨ ਤਾਂ ਲਿਆ ਜਾਏ ਪਰ ਰਿਐਕਸ਼ਨ ਲਿਆਜੇ ਉਹ ਤਾਂ ਮੁੱਖ ਮੰਤਰੀ ਸਾਹ ਤੇ ਸਭ ਤੋਂ ਪਹਿਲਾਂ ਐਕਸ਼ਨ ਆਉਂਦਾ ਤੇ ਪਰ ਹੁਣ ਮੰਗ ਸਾਡੀ ਇਹ ਆ ਕਿ ਘਟੋ ਘਟ ਫਸਲਾਂ ਅਗਲੀ ਫਸਲ ਤਿਆਰ ਕਰਨ ਲਈ ਜਿਹੜੀ ਖਤਮ ਹੋ ਗਈ ਫਸਲ ਉਹਨੂੰ ਦੁਬਾਰਾ ਝੋਨਾ ਲਾਉਣ ਲਈ ਕੋਈ ਪਨੀਰੀ ਦਾ ਪ੍ਰਬੰਧ ਸਰਕਾਰ ਕਰਾ ਕੇ ਦਵੇ ਹਰਿਆਣਾ ਵਗੈਰਾ ਹੋਰ ਨਾਲ ਦੇ ਪ੍ਰਦੇਸ਼ਾਂ ਤੋਂ ਤੇ ਨਾਲ ਮੁਆਵਜ਼ਾ ਦਵੇ ਫਸਲ ਖਰਾਬ ਹੋਣ ਦਾ ਤੇ ਜਿਹੜਾ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਹੋਰ ਮਸ਼ੀਨਰੀ ਦਾ ਹੋਇਆ ਉਹ ਕੰਪਨਸੇਟ ਕਰੇ ਤਾਂ ਲੋਕ ਮੈਸਰ ਦਾ ਪਾਚ ਪਾਉਣਗੇ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਆ ਇਸ ਏਰੀਆ ਦਾ ਬਿਊਰੋ ਰਿਪੋਰਟ ਆਵਾਜ਼ ਹੀ ਕਮ ਧੀ